ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾਂ ਜਿਹੜੇ ਜਸ਼ਨ ਹੈਗੇ ਆ ਉਹਨਾਂ ਦੀ ਲੜੀ ਦੇ ਵਿੱਚ ਅੱਜ ਇੱਕ ਬਾਈਸਾਈਕਲ ਰੈਲੀ ਆ ਜਿਹੜੀ ਗੋਲਡਨ ਗੇਟ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਗਈ ਹੈ ਔਰ ਡੇਰਾ ਬਾਬਾ ਨਾਨਕ ਜਾ ਕੇ ਕਲਮੀਨੇਟ ਹੋਏਗੀ ਔਰ ਇਹ ਜਿਹੜੇ ਜਸ਼ਨ ਹੈਗੇ ਆ ਉਸੇ ਲੜੀ ਦੇ ਵਿੱਚ ਹੈ ਇਹ ਔਰ ਇਹ ਮੈਸੇਜ ਇੱਕ ਜਿਹੜਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਇੱਕ ਯੂਨੀਵਰਸਲ ਗੁਰੂ ਹੈ ਜਿਹੜੇ ਜਿਹੜੇ ਮੁਲਕ 'ਚ ਗਏ ਆ ਉੱਥੋਂ ਦੇ ਲੋਕ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਆ ਕਿਤੇ ਉਹਨਾਂ ਨੂੰ ਨਾਨਕ ਪੀਰ ਜਾਣਿਆ ਜਾਂਦਾ ਕਿਤੇ ਨਾਨਕ ਲਾਮਾ ਜਾਣਿਆ ਜਾਂਦਾ ਕਿਤੇ ਨਾਨਕ ਰਿੰਪੋਚੇ ਜਾਣਿਆ ਜਾਂਦਾ ਕਿਤੇ ਨਾਨਕ ਫਕੀਰ ਜਾਣਿਆ ਜਾਂਦਾ ਸੋ ਉਹ ਇੱਕ ਸਾਂਝੀ ਵਾਲਤਾ ਦਾ ਜਿਹੜਾ ਮੈਸੇਜ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਸ ਨੂੰ ਪ੍ਰੋਪੇਗੇਟ ਕਰਨ ਵਾਸਤੇ ਇਹ ਸਾਈਕਲ ਰੈਲੀ ਅੱਜ ਕੱਢੀ ਗਈ ਹੈ ਜੀ 550 ਪਾਰਟੀਸਪੈਂਟਸ ਹੈ ਜਿਹੜੇ ਕਿ ਇੱਥੋਂ ਫਲੈਗ ਆਫ ਕੀਤੇ ਗਏ ਹੈ ਇਹ ਡੇਰਾ ਬਾਬਾ ਨਾਨਕ ਪਤਾ ਚੱਲਦਾ ਹੈ ਆਪਣੀ ਹੋਂਦ ਦਾ ਪਤਾ ਚੱਲਦਾ ਵੀ ਉਹਨਾਂ ਦੀ ਜਿੱਥੇ ਅਸੀਂ ਖੜ੍ਹੇ ਹਾਂ ਜਿਹੜੇ ਗੁਰੂਆਂ ਦੀ ਧਰਤੀ ਉਹਦਾ ਸਾਡਾ ਪਿਛੋਕੜ ਕੀ ਹੈ ਤੋ ਇਹ ਅੱਜ ਦਾ ਜੋ ਦਿਹਾੜਾ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਹ ਮੈਸੇਜ ਆਏਗਾ ਕਿ ਅਸੀਂ ਕਮਿਊਨਲ ਹਾਰਮੋਨੀ ਨੂੰ ਰੱਖਣਾ ਅਸੀਂ ਸ਼ਾਂਤਮਈ ਰਹਿਣਾ ਅਸੀਂ ਜਿਹੜਾ ਉਹਨਾਂ ਦੀਆਂ ਟੀਚਿੰਗਸ ਨੇ ਉਹਨਾਂ ਨੂੰ ਅਸੀਂ ਪ੍ਰਫੁੱਲਿਤ ਕਰਨਾ ਹੈ ਲੋਕਾਂ ਦੇ ਵਿੱਚ ਵੰਡਣਾ ਹੈ ਸੋ ਇੱਕ ਬੜਾ ਅੱਛਾ ਮੈਸੇਜ ਆਉਂਦਾ ਕਿ ਬੁਰੇ ਕੰਮਾਂ ਤੋਂ ਰਹਿ ਕੇ ਲੋਕ ਸਹੀ ਕੰਮਾਂ ਵੱਲ ਤੁਰਦੇ ਨੇ ਇਹੋ ਜਿਹੇ ਸਰ ਤੁਸੀਂ ਪੰਜਾਬ ਸਰਕਾਰ ਨੂੰ ਇਸ ਲਈ ਰੀਪ੍ਰਜੈਂਟ ਕਰ ਰਹੇ ਹੋ ਉਹਨਾਂ ਵੱਲੋਂ ਆਏ ਹੋ ਤੁਸੀਂ ਖੇਡ ਮੰਤਰੀ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਮੀਡੀਆ ਰਾਹੀਂ ਮੈਂ ਤਾਂ ਇਹੀ ਸੁਨੇਹਾ ਦਿਆਂਗਾ ਲੋਕਾਂ ਨੂੰ ਕਿ ਅੱਜ ਦੀ ਜਿਹੜੀ ਇਹ ਸ਼ਤਾਬਦੀ ਜਿਹੜਾ ਅਸੀਂ 550 ਸਾਲਾਂ ਇਹ ਮਨਾ ਰਹੇ ਹੈਗੇ ਹਾਂ ਇਹਦੇ 'ਤੇ ਹਰ ਸ਼ਖਸ ਨੂੰ ਹਰ ਨੌਜਵਾਨ ਨੂੰ ਇਹ ਅੱਜ ਸੌ ਵਰਗੀ ਗੱਲ ਹੁੰਦੀ ਹੈ ਕਿ ਸਾਨੂੰ ਇਹਦੀ ਅਸਲ ਮਾਨਤਾ ਤਾਂ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਅਸੀਂ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਔਰ ਜਿਹੜਾ ਕਿਰਤ ਕਰੀਏ ਮਿਹਨਤ ਕਰੀਏ ਔਰ ਮਿਹਨਤ ਕਰਕੇ ਪੰਜਾਬ ਜਿਹੜਾ ਹਮੇਸ਼ਾ ਉਹਨੂੰ ਖੁਸ਼ਹਾਲ ਬਣਾਈਏ ਆਪਣੀ ਇਸ ਧਰਤੀ ਨੂੰ ਖੁਸ਼ਹਾਲ ਬਣਾਈਏ ਔਰ ਇੱਥੇ ਜਿਹੜਾ ਸਾਡਾ ਨਸ਼ਿਆਂ ਦਾ ਜਿਹੜਾ ਦਰਿਆ ਹੈ ਉਹਨੂੰ ਸਦਾ ਵਾਸਤੇ ਖਤਮ ਥੈਂਕ ਯੂ ਮੇਰਾ ਨਾਮ ਗੁਰਜੀਤ ਸਿੰਘ ਫਰੋਮ ਬਰਨਾਲਾ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਅਤੇ ਅੱਜ ਅਸੀਂ ਇਸ ਰੈਲੀ ਵਿੱਚ ਜੋ ਸਾਈਕਲ ਰੈਲੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਭਾਗ ਲੈਣ ਲਈ ਆਏ ਹਾਂ ਇਸ ਰੈਲੀ ਦਾ ਬੜਾ ਮਤਲਬ ਕਿ ਲੋਕਾਂ ਨੂੰ ਫਾਇਦਾ ਹੋਊਗਾ ਜਾਗਰੂਕਤਾ ਆਊਗੀ ਕਿ ਵੀ ਸਾਈਕਲ ਚਲਾਉਣ ਨਾਲ ਕਿੰਨਾ ਮਤਲਬ ਕਿ ਲੋਕਾਂ ਨੂੰ ਇਹਦੇ ਨਾਲ ਸਿਹਤ ਪੱਖੋਂ ਸਭ ਪੱਖੋਂ ਬਹੁਤ ਵਧੀਆ ਮਤਲਬ ਕਿ ਕਾਮਯਾਬੀ ਮਿਲੂਗੀ ਬਹੁਤ ਭਾਗਸ਼ਾਲੀ ਸਮਝਦੇ ਹਾਂ ਕਿਉਂਕਿ 550 ਸਾਲਾਂ ਸਾਡੇ ਇਹ ਸਮੇਂ ਆਈ ਹੈ ਇਸ ਤੋਂ ਬਾਅਦ ਪਤਾ ਨਹੀਂ ਇਹ ਮੌਕਾ ਅੱਗੇ ਮਿਲੂ ਜਾਂ ਨਹੀਂ ਮਿਲੂਗਾ ਹਾਂਜੀ ਰੈਲੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਲੈ ਕੇ ਗੁਰਦੁਆਰਾ ਆਪਣਾ ਡੇਰਾ ਬਾਬਾ ਨਾਨਕ ਸਿੰਘ ਸਿੱਧੂ ਰੋਇਲ ਪਟਿਆਲਾ ਰਾਈਡਰਸ ਪਟਿਆਲਾ ਸਾਈਕਲਿੰਗ ਗਰੁੱਪ ਤੋਂ ਅਸੀਂ 550ਵੇਂ ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਜੋ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ ਉਸ ਵਿੱਚ ਭਾਗ ਲੈਣ ਲਈ ਆਏ ਹਾਂ ਅਸੀਂ ਆਪਦੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦੇ ਹਾਂ ਕਿ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਇਸ ਦੇ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਹੈ ਅਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਕਿ ਇਹ ਪ੍ਰਕਾਸ਼ ਪੁਰਬ ਦੇ ਉੱਪਰ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹਾਂ ਅਸੀਂ ਬਹੁਤ ਭਾਗਸ਼ਾਲੀ ਸਮਝਦੇ ਹਾਂ ਜੀ ਆਪਣੇ ਆਪ ਨੂੰ ਜੋ ਕਿ ਸਾਨੂੰ ਇੱਥੇ ਭਾਗ ਲੈਣ ਦੇ ਵਿੱਚ ਸਾਈਕਲ ਰੈਲੀ ਦੇ ਵਿੱਚ ਭਾਗ ਲੈਣ 'ਚ ਜਿਹੜਾ ਸਾਨੂੰ ਸੱਦਾ ਦਿੱਤਾ ਗਿਆ ਰੈਲੀ ਇਹ ਇੱਥੋਂ ਅੰਮ੍ਰਿਤਸਰ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਡੇਰਾ ਬਾਬਾ ਨਾਨਕ ਵਿਖੇ ਆਲਮੋਸਟ 60 ਕਿਲੋਮੀਟਰ ਦਾ ਜਿਹੜਾ ਹੈ ਪੈਂਡਾ ਤੈਅ ਕਰਕੇ ਉੱਥੇ ਜਾਵਾਂਗੇ ਅਤੇ ਅਸੀਂ ਨਤਮਸਤਕ ਹੋਵਾਂਗੇ ਕਰਤਾਰਪੁਰ ਸਾਹਿਬ ਦਾ ਜੋ ਲਾਂਘਾ ਖੁੱਲ੍ਹਣ ਜਾ ਰਿਹਾ ਉੱਥੇ ਮੇਰਾ ਨਾਮ ਸਰ ਹਰਜੀਤ ਸਿੰਘ ਗਿੱਲ ਲੁਧਿਆਣਾ ਬਾਈਸਾਈਕਲ ਕਲੱਬ ਨੂੰ ਬਿਲੋਂਗ ਕਰਦੇ ਹਾਂ ਲੁਧਿਆਣਾ ਬਾਈਸਾਈਕਲ ਕਲੱਬ
ਅਸੀਂ ਲੁਧਿਆਣੇ ਤੋਂ ਰਿਪ੍ਰਜੈਂਟ ਕਰ ਰਹੇ ਹਾਂ। 70 ਦੇ ਨੀਅਰ ਅਬਾਊਟ ਸਾਈਕਲਿਸਟ ਇੱਥੇ ਆਏ ਨੇ ਅਤੇ ਅਸੀਂ ਇੱਥੋਂ ਗੋਲਡਨ ਗੇਟ ਤੋਂ ਡੇਰਾ ਬਾਬਾ ਨਾਨਕ ਰਾਈਡ ਜੋ ਜਾ ਰਹੀ ਆ ਸਾਈਕਲ ਰੈਲੀ ਉਹਨੂੰ ਅਸੀਂ ਮਦਦ ਕਰਾਂਗੇ। ਬਹੁਤ ਵਧੀਆ, ਬਹੁਤ ਸੁਭਾਗਾ ਸਮਝਦੇ ਜੀ। ਅਸੀਂ ਬੱਚਿਆਂ ਨੂੰ ਅੱਗੋਂ ਮੋਟੀਵੇਟ ਕਰਨਾ ਚਾਹੁੰਦੇ ਹਾਂ ਕਿ ਬੱਚੇ ਨਸ਼ਾ ਮੁਕਤ ਹੋਣ, ਪੰਜਾਬ ਨਸ਼ਾ ਮੁਕਤ ਹੋਵੇ ਅਤੇ ਸਾਡਾ ਪੰਜਾਬ ਅੱਗੇ ਵਧੇ। ਜਿਹੜੇ ਲੋਕ ਸਾਨੂੰ ਪੰਜਾਬ ਨੂੰ ਕਹਿ ਰਹੇ ਆ ਕਿ ਨਸ਼ੇ 'ਚ ਗਰਕ ਹੋਇਆ, ਪਰ ਨਸ਼ੇ 'ਚ ਨਹੀਂ ਗਰਕ। ਅੱਜ ਦੀ ਜਿਹੜੀ ਮਤਲਬ ਯੂਥ ਹੈਗਾ ਆ ਉਹ ਗੇਮ ਨੂੰ ਪ੍ਰੈਫਰੈਂਸ ਕਰ ਰਿਹਾ ਆ, ਸਿਹਤ ਵੱਲ ਪ੍ਰੈਫਰੈਂਸ ਕਰ ਰਿਹਾ ਆ ਔਰ ਵਧੀਆ ਮੋਟੀਵੇਟ ਹੋ ਰਹੇ ਬੱਚੇ। ਸਰਦਾਰ ਕੁਲਵਿੰਦਰ ਸਿੰਘ, ਸ਼੍ਰੀ ਅਨੰਦਪੁਰ ਸਾਹਿਬ ਤੋਂ, ਮੈਂ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਕਰਦਾ ਵੀ ਆਪਾਂ ਆਪਣੇ ਇੱਕ ਘੰਟਾ ਘੱਟੋ ਘੱਟ ਰੋਜ਼ ਐਕਸਰਸਾਈਜ਼ 'ਤੇ ਲਾਈਏ। ਜਿਹੜੇ ਘੰਟੇ ਦੇ ਵਿੱਚ ਅਸੀਂ ਪੈਸੇ ਬਚਾਉਂਦੇ ਹਾਂ ਉਹ ਡਾਕਟਰਾਂ ਤੋਂ, ਉਹਦੇ ਨਾਲ 5 ਘੰਟੇ ਦੇ ਡਾਕਟਰ ਪੈਸੇ ਲੈ ਜਾਂਦੇ ਆ। ਇੱਕ ਘੰਟਾ ਐਕਸਰਸਾਈਜ਼ ਕਰ ਲਓ, ਤੁਹਾਨੂੰ ਕਦੇ ਬਿਮਾਰੀ ਨਹੀਂ ਲੱਗੂਗੀ। ਬਹੁਤ ਵਧੀਆ ਉਪਰਾਲਾ, ਬਹੁਤ ਵਧੀਆ ਉਪਰਾਲਾ। ਜੇ ਐਸੇ ਉਪਰਾਲੇ ਕਰੇ ਜਾਣ ਨਾ ਗੌਰਮੈਂਟ ਵੱਲੋਂ, ਤਾਂ ਕਿ ਮੈਂ ਲੋਕ ਨਸ਼ਿਆਂ ਤੋਂ ਬਚ ਕੇ ਐਕਸਰਸਾਈਜ਼ ਵਾਲੇ ਪਾਸੇ ਲੱਗਣ, ਐਕਸਰਸਾਈਜ਼ ਦੇ ਪਾਸੇ ਲੱਗਣਗੇ ਆਟੋਮੈਟਿਕ ਇਹ ਵੀ ਇੱਕ ਨਸ਼ਾ ਹੈਗਾ। 550 ਸਾਈਕਲਿਸਟ ਇਹਦੇ ਵਿੱਚ। ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜੀ।